नमस्कार खमरादेश बुलेटिन च ਤੁਹਾਡਾ ਸਵਾਗਤ ਮੈਂ ਰਜਨੀ ਪਹਿਲਾ ਪੇਸ਼ ਨੇ ਚੌਂਵੀਂਆਂ ਖਬਰਾਂ ਕੋਵਿਡ-19 ਟੀਕਾ ਕਰੰਦਾ ਦੂਜਾ ਪੜਾ ਸ਼ੁਰੂ ਹੋ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਮਜ਼ ਦੇ ਵਿੱਚ ਅੱਜ ਸਵੇਰੇ ਕੋਵਿਡ-19 ਵੈਕਸਿਨ ਦੀ ਪਹਿਲੀ ਡੋਸ ਲਈ ਲੋਕਾਂ ਨੂੰ ਕਰੋਨਾ ਟੀਕਾ ਲਗਵਾਉਂਦੀ ਕੀਤੀ ਅਪੀਲ ਸੀਨੀਅਰ ਨਾਗਰਿਕਾਂ ਤੇ ਸਹਿ ਬਿਮਾਰੀਆਂ ਵਾਲੇ 45 ਸਾਲ ਤੋਂ ਉੱਪਰ ਦੀ ਉਮਰ ਦੇ ਲੋਕਾਂ ਦੇ ਲਈ ਰਾਸ਼ਟਰੀ ਵਿਆਪੀ ਕੋਵਿਡ-19 ਟੀਕਾ ਕਰੰਦਾ ਗੇੜ ਸ਼ੁਰੂ ਲਾਪਾਤਰੀ ਆਧਾਰ ਕਾਰਡ ਸਮੇਤ ਹੋਰ ਸਰਕਾਰੀ ਪਛਾਣ ਪੱਤਰਾਂ ਦੇ ਨਾਲ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਸਕਣਗੇ ਪੰਜਾਬ ਵਿੱਚ ਕੋਵਿਡ-19 ਟੀਕਾ ਕਰੰਦਾ ਦੀ ਜਾ ਗੇੜ ਅੱਜ ਤੋਂ ਸ਼ੁਰੂ ਹੋ ਗਿਆ ਹੈ ਸਿਹਤ ਮੰਤਰੀ ਅਨੁਸਾਰ ਇਸ ਗੇੜ ਦੌਰਾਨ 60 ਸਾਲ ਤੋਂ ਵਾਦੀ ਉਮਰ ਦੇ ਸੀਨੀਅਰ ਨਾਗਰਿਕਾਂ ਅਤੇ ਸਹਿ ਬਿਮਾਰੀਆਂ ਵਾਲੇ ਨਾਗਰਿਕਾਂ ਨੂੰ ਟੀਕਾ ਲਗਾਇਆ ਜਾਵੇਗਾ ਵਿੱਤ ਮੰਤਰਾਲੇ ਨੇ জিਐਸਟੀਆਰ 9 ਅਤੇ জিਐਸਟੀਆਰ 9ਸੀ ਦੀਆਂ ਸਾਲਾਨਾ ਰਿਟਰਨਾਂ ਦਾਖਲ ਕਰਨ ਦੀ ਤਾਰੀਖ 31 ਮਾਰਚ ਤੱਕ ਵਧਾਈ ਪੰਜਾਬ ਪੁਲਿਸ ਦੇ ਡੀਜੀਪੀ ਗੁਪਤਾ ਅਨੁਸਾਰ ਬੀਤੇ 3 ਦਿਨਾਂ ਦੌਰਾਨ ਸੂਬੇ ਦੇ ਵਿੱਚ 392 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਪਾਰਟੀ ਮਹਿਲਾ ਪਹਿਲਵਾਨ ਵਿਨੇਸ਼ ਫੋਗਟ ਨੇ ਯੂਕਰੇਨ ਦੇ ਵਿੱਚ ਹੋਏ ਕੁਸ਼ਤੀ ਮੁਕਾਬਲੇ ਦੇ ਵਿੱਚ ਸੋਨ ਤਗਮਾ ਜਿੱਤਿਆ ਹੁਣ ਖਬਰਾਂ ਵਿਸਥਾਰ ਨਾਲ ਕੋਵਿਡ ਨੂੰ ਨੀਟੀਕਾ ਕਰਨ ਦਾ ਦੂਜਾ ਪੜਾਅ ਅੱਜ ਤੋਂ ਸ਼ੁਰੂ ਹੋ ਗਿਆ ਹੈ ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਵੈਕਸਿਨ ਦੀ ਪਹਿਲੀ ਡੋਜ਼ ਲਈ ਪ੍ਰਧਾਨ ਮੰਤਰੀ ਮੋਦੀ ਨੇ ਖੁਦ ਟਵੀਟ ਕਰਕੇ ਕੋਵਿਡ ਵੈਕਸਿਨ ਦੀ ਡੋਜ਼ ਲੈਣ ਬਾਰੇ ਜਾਣਕਾਰੀ ਦਿੱਤੀ ਮੋਦੀ ਅਜੋ ਸਵੇਰੇ ਖੁਦ ਦਿੱਲੀ ਸਥਿਤ ਐਮਸ ਸਪੌਂਸਰੀ ਹਤੇ ਕਰੋਨਾ ਵੈਕਸਿਨ ਦਾ ਟਿਕਾ ਲਗਵਾਇਆ ਪ੍ਰਧਾਨ ਮੰਤਰੀ ਨੇ ਟੀਕਾ ਲਗਾਉਣ ਦੇ ਨਾਲ ਹੀ ਲੋਕਾਂ ਨੂੰ ਕੋਰੋਨਾ ਵੈਕਸੀਨ ਦੀ ਡੋਜ਼ ਲੈਣ ਦੀ ਅਪੀਲ ਕੀਤੀ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਕੇ ਕਿਹਾ ਕਿ ਉਨ੍ਹਾਂ ਨੇ ਐਮਜ਼ ਦੇ ਵਿੱਚ ਵੈਕਸੀਨ ਦੀ ਪਹਿਲੀ ਖੁਰਾਕ ਲਈ ਹੈ ਉਹਨਾਂ ਨੇ ਕਿਹਾ ਕਿ ਇਹ ਸ਼ਲਾਘਾਯੋਗ ਹੈ ਕਿ ਕਿਵੇਂ ਸਾਡੇ ਡਾਕਟਰਾਂ ਅਤੇ ਵਿਗਿਆਨੀਆਂ ਨੇ ਕੋਰੋਨਾ ਵਿਰੁੱਧ ਵਿਸ਼ਵ ਵਿਆਪੀ ਲੜਾਈ ਨੂੰ ਮਜ਼ਬੂਤ ਕਰਨ ਦੇ ਲਈ ਤੇਜ਼ੀ ਦੇ ਨਾਲ ਕੰਮ ਕੀਤਾ ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਜਿਹੜਾ ਵੀ ਵਿਅਕਤੀ ਵੈਕਸੀਨ ਲੈਣ ਦੇ ਯੋਗ ਹੈ ਉਹ ਵੈਕਸੀਨ ਦੀ ਖੁਰਾਕ ਜ਼ਰੂਰ ਲਵੇ ਇਸ ਨਾਲ ਅਸੀਂ ਭਾਰਤ ਨੂੰ ਕੋਰੋਨਾ ਮੁਕਤ ਬਣਾ ਸਕਦੇ ਹਾਂ ਪ੍ਰਧਾਨ ਮੰਤਰੀ ਨੂੰ ਐਮਜ਼ ਦੇ ਵਿੱਚ ਪੁੱਡੂਚੇਰੀ ਦੀ ਸਿਸ ਟਰਪੀ ਨਿਵੇਦਾ ਨੇ ਕਰੋਨਾ ਵੈਕਸਿਨ ਦੀ ਡੋਜ਼ ਕੋਵੈਕਸਿਨ ਦਿੱਤੀ ਜੋ ਸਵਦੇਸ਼ੀ ਵੈਕਸੀਨ ਅਤੇ ਭਾਰਤ ਦੇ ਵਿੱਚ ਇਸ ਨੂੰ ਅਮਰਜੈਂਸੀ ਦੇ ਵਿੱਚ ਇਸਤੇਮਾਲ ਕਰਨ ਦੀ ਇਜਾਜ਼ਤ ਮਿਲੀ ਹੋਈ ਹੈ। ਦੇਸ਼ ਦੇ ਸੀਨੀਅਰ ਨਾਗਰਿਕਾਂ ਅਤੇ ਸਹਿ ਬਿਮਾਰੀਆਂ ਵਾਲੇ 45 ਸਾਲ ਦੀ ਉਮਰ ਤੋਂ ਵੱਧ ਦੇ ਵਿਅਕਤੀਆਂ ਦੇ ਕੋਵਿਡ ਟੀਕਾ ਕਰਨ ਦਾ ਰਾਸ਼ਟਰੀ ਪੜਾਅ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਇਸ ਪੜਾਅ ਦੇ ਵਿੱਚ ਟੀਕਾ ਕਰਨ ਦੇ ਲਈ ਰਜਿਸਟ੍ਰੇਸ਼ਨ ਅੱਜ ਸਵੇਰੇ 9:00 ਵਜੇ ਖੁੱਲੇਗੀ ਅਤੇ ਨਾਗਰਿਕ ਟੀਕਾ ਕਰਨ ਦੇ ਲਈ ਕੋਵਿਡ 2.0 ਪੋਰਟਲ ਜਾਂ ਅਰੋਗਿਆ ਸੇਤੂ ਵਰਗੀ ਹੋਰ ਆਈਟੀ ਐਪਲੀਕੇਸ਼ਨ ਰਾਹੀਂ ਕਿਸੇ ਵੀ ਸਮੇਂ ਅਤੇ ਕਿਸੇ ਵੀ ਥਾਂ ਤੇ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਦੇ ਯੋਗ ਹੋਣਗੇ ਇਨ੍ਹਾਂ ਗਰੁੱਪਾਂ ਨੂੰ ਟੀਕੇ ਦੀ ਡੋਜ਼ 10000 ਸਰਕਾਰੀ ਹਸਪਤਾਲਾਂ ਦੇ ਵਿੱਚ ਦਿੱਤੀ ਜਾਵੇਗੀ ਜਦਕਿ 20000 ਪ੍ਰਾਈਵੇਟ ਟੀਕਾਕਰਨ ਕੇਂਦਰਾਂ ਦੇ ਵਿੱਚ ਟੀਕੇ ਦੀ ਕੀਮਤ ਲੋਕਾਂ ਵੱਲੋਂ ਅਦਾ ਕੀਤੀ ਜਾਵੇਗੀ ਪ੍ਰਾਈਵੇਟ ਹਸਪਤਾਲਾਂ ਨੂੰ ਟੀਕਾਕਰਨ ਮੁਹਿੰਮ ਦੌਰਾਨ ਕੋਵੀਡ-19 ਟੀਕੇ ਦੇ ਪ੍ਰਤੀ ਡੋਜ਼ ਦੇ ਲਈ 250 ਰੁਪਏ ਤੱਕ ਕੀਮਤ ਵਸੂਲਣ ਦੀ ਇਜਾਜ਼ਤ गई है केंद्रीय सेहत मंत्रालय ने कहा है कि सरकार दिया सेहत बीमा शामिल किए गए सारे ही प्राइवेट हस्पता को कोविड टीकाकरण केन्द्र इस्तेमाल करने की खुल दिखती गई है ਦੇਸ਼ ਦੇ ਸਾਰੇ ਹੀ ਸੂਬੇ ਜੰਤਕ ਸੈਕਟਰ ਦੇ ਉਦਮਾਂ ਦੀਆਂ ਸਹੂਲਤਾਂ ਅਤੇ ਸਾਰੀਆਂ ਹੀ ਸਰਕਾਰੀ ਸਿਹਤ ਸਹੂਤਾਵਾਂ ਦਾ ਕੋਵਿਡ ਟੀਕਾਕਰਨ ਕੇਂਦਰ ਵੱਜੋਂ ਇਸਤੇਮਾਲ ਕਰ ਸਕਦੇ ਨੇ ਲਾਪਾਤਰੀ ਆਪਣੀ ਮਨਪਸੰਦ ਦਾ ਕੋਵਿਡ ਟੀਕਾਕਰਨ ਕੇਂਦਰ ਚੁਣਦੇ ਯੋਗ ਹੋਵੇਗਾ ਅਤੇ ਟੀਕਾ ਕਰਨ ਦੇ ਲਈ ਸਮਾਂ ਲੈ ਸਕੇਗਾ ਹਰੇਕ ਡੋਜ਼ ਦੇ ਲਈ ਲਾਪਾਤਰੀ ਨੂੰ ਸਿਰਫ ਇੱਕ ਮੌਕਾ ਹੀ ਮਿਲੇਗਾ ਟੀਕਾਕਰਨ ਵਾਸਤੇ ਔਨਲਾਈਨ ਰਜਿਸਟ੍ਰੇਸ਼ਨ ਦੇ ਲਈ ਨਾਗਰਿਕ ਆਪਣੀ ਫੋਟੋ ਪਛਾਣ ਪੱਤਰ ਜਿਵੇਂ ਕਿ ਆਧਾਰ ਕਾਰਡ ਵੋਟਰ ਕਾਰਡ ਪਾਸਪੋਰਟ ਡਰਾਈਵਿੰਗ ਲਾਇਸੈਂਸ ਪੈਨ ਕਾਰਡ ਐਨਪੀਆਰ ਸਮਾਰਟ ਕਾਰਡ ਅਤੇ ਫੋਟੋ ਦੇ ਨਾਲ ਪੈਨਸ਼ਨ ਦਸਤਾਵੇਜ਼ ਦਾ ਇਸਤੇਮਾਲ ਕਰ ਸਕਦੇ ਨੇ ਪੰਜਾਬ ਵਿੱਚ ਕੋਵਿਡ-19 ਟੀਕਾਕਰਨ ਦਾ ਤੀਜਾ ਗੇੜ ਸ਼ੁਰੂ ਹੋ ਗਿਆ ਹੈ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਚੰਡੀਗੜ੍ਹ ਦੇ ਵਿੱਚ ਦੱਸਿਆ ਕਿ ਇਸ ਗੇੜ ਦੌਰਾਨ 60 ਸਾਲ ਤੋਂ ਵੱਧ ਦੀ ਉਮਰ ਦੇ ਸੀਨੀਅਰ ਨਾਗਰਿਕਾਂ ਅਤੇ ਸਹਿ ਬਿਮਾਰੀਆਂ ਵਾਲੇ 45 ਤੋਂ 59 ਸਾਲ ਦੀ ਉਮਰ ਦੇ ਨਾਗਰਿਕਾਂ ਨੂੰ ਇਹ ਟੀਕਾ ਲਗਾਇਆ ਜਾਵੇਗਾ ਉਨ੍ਹਾਂ ਕਿਹਾ ਕਿ ਸਹਿ ਬਿਮਾਰੀ ਵਾਲੇ ਵਿਅਕਤੀਆਂ ਨੂੰ ਆਪਣੀ ਬਿਮਾਰੀ ਦੇ ਸੰਬੰਧ ਦੇ ਵਿੱਚ ਰਜਿਸਟਰਡ ਕਾਰਡ ਪ੍ਰੈਕਟਿਸ਼ਨਰ ਦਾ ਸਰਟੀਫਿਕੇਟ ਉਪਲਬਧ ਕਰਾਉਣ ਦੀ ਜ਼ਰੂਰਤ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਗੜ ਦੇ ਟੀਕਾ ਕਰਦ ਲਈ ਪਹਿਲਾ ਤੁਰ ਰਜਿਸਟ੍ਰੇਸ਼ਨ ਲਾਜ਼ਮੀ ਨਹੀਂ ਹੋਵੇਗੀ ਅਤੇ ਜਿਹੜੇ ਲੋਕ ਟੀਕਾ ਲਗਵਾਉਣ ਦੇ ਇੱਛੂ ਹੋਣਗੇ ਉਹ ਸਿੱਧੇ ਹੀ ਟੀਕਾਕਰਨ ਕੇਂਦਰ ਚ ਜਾ ਸਕਦੇ ਨੇ। ਉਨ੍ਹਾਂ ਕਿਹਾ ਕਿ ਸੀਨੀਅਰ ਨਾਗਰਿਕਾਂ ਨੂੰ ਟੀਕਾਕਰਨ ਲਈ ਸਿਹਤ ਸਹੂਲਤਾ ਵਿੱਚ ਇੰਤਜ਼ਾਰ ਕਰਨ ਤੋਂ ਬਚਣ ਲਈ ਆਪਣੇ ਨਾਮ ਪਹਿਲਾਂ ਰਜਿਸਟਰ ਕਰਾਉਣੇ ਚਾਹੀਦੇ ਨੇ। ਉਨ੍ਹਾਂ ਕਿਹਾ ਕਿ ਸਾਰੇ ਹੀ ਸਰਕਾਰੀ ਹਸਪਤਾਲਾਂ ਦੇ ਵਿੱਚ ਟੀਕੇ ਮੁਫਤ ਲਗਾਏ ਜਾਣਗੇ ਅਤੇ ਪ੍ਰਾਈਵੇਟ ਹਸਪਤਾਲ 250 ਰੁਪਏ ਪ੍ਰਤੀ ਟੀਕਾ ਚਾਰਜ ਕਰ ਸਕਣਗੇ। ਉਨ੍ਹਾਂ ਕਿਹਾ ਕਿ ਸਿਹਤ ਸੰਭਾਲ ਵਰਕਰਾਂ ਅਤੇ ਲਾਈਨ ਵਰਕਰਾਂ ਨੂੰ ਇਸ ਗੇਟ ਦੇ ਵਿੱਚ ਟਿਕਾ ਲਗਾਉਣਾ ਜਾਰੀ ਰੱਖਿਆ ਜਾਵੇਗਾ ਪਾਵੇਂ ਉਹਨਾਂ ਨੇ ਪਹਿਲਾਂ ਤੋਂ ਆਪਣੀ ਰਜਿਸਟ੍ਰੇਸ਼ਨ ਨਹੀਂ ਕਰਵਾਈ ਹੋਵੇਗੀ ਪਰ OTK ਕਰਨ ਵਾਲੀ ਥਾਂ ਤੇ ਹੀ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਲਕੇ ਵੀਡੀਓ ਕਾਨਫਰੰਸ ਰਾਹੀਂ ਮੈਰੀਟਾਈਮ ਇੰਡੀਆ ਸਿਖਰ ਸੰਮੇਲਨ 2021 ਦਾ ਉਦਘਾਟਨ ਕਰਨਗੇ ਤਿੰਨ ਦਿਨਾਂ ਤੱਕ ਚੱਲਣ ਵਾਲਾ ਇਹ ਸੰਮੇਲਨ ਬੰਦਰਗਾਹਾਂ ਜਹਾਜ਼ ਰਾਣੀ ਅਤੇ ਜਲਮਾਗ ਮੰਤਰਾਲਾ ਵੱਲੋਂ ਆਯੋਜਿਤ ਕੀਤਾ ਜਾ ਰਿਹਾ ਹੈ ਸੰਮੇਲਨ ਇੱਕ ਦਹਾਕੇ ਦਾ ਭਾਰਤ ਦੇ ਸਮੁੰਦਰੀ ਖੇਤਰ ਦੇ ਲਈ ਇੱਕ ਰੋਡਮੈਪ ਤਿਆਰ ਕਰੇਗਾ ਤੇ ਭਾਰਤ ਨੂੰ ਵਿਸ਼ਵ ਵਿਆਪੀ ਸਮੁੰਦਰੀ ਖੇਤਰ ਦੇ ਵਿੱਚ ਅੱਗੇ ਲਿਜਾਣ ਦੇ ਲਈ ਕੰਮ ਕਰੇਗਾ ਕਈ ਦੇਸ਼ਾਂ ਦੇ ਮੰਨੀ ਪਰਮੰੰਦੀ ਵਿਅਕਤੀਆਂ ਦੇ ਇਸ ਸਿਖਰ ਸੰਮੇਲਨ ਦੇ ਵਿੱਚ ਹਿੱਸਾ ਲੈਣ ਅਤੇ ਭਾਰਤੀ ਸਮੁੰਦਰੀ ਖੇਤਰ ਦੇ ਵਿੱਚ ਸੰਭਾਵਿਤ ਵਪਾਰ ਮੌਕੇ ਅਤੇ ਸਰਮਾਹਾਰੀ ਦੀ ਤਲਾਸ਼ ਕੀਤੀ ਜਾਂਦੀ ਸੰਭਾਵਨਾ ਹੈ ਇਸ ਸਮੇਲਨ ਦੇ ਲਈ ਡੈਨਮਾਰਕ ਭਾਰਤ ਦਾ ਪਾਈਵਾਲ ਦੇ ਸ਼ਹਿਰ ਵਿੱਤ ਮੰਤਰਾਲਾ ਨੇ ਵਿੱਤੀ ਸਾਲ 2019-20 ਲਈ GSTR9 ਅਤੇ GSTR9C ਦੀ ਸਲਾਨਾ ਰਿਟਰਨਾਂ ਦਾਖਲ ਕਰਨ ਦੀ ਨਿਰਧਾਰਤ ਮਿਤੀ ਨੂੰ ਵਧਾ ਕੇ ਇਸ ਮਹੀਨੇ ਦੀ 31 ਤਾਰੀਖ ਕਰ ਦਿੱਤੀ ਹੈ ਵਿੱਤ ਮੰਤਰਾਲਾ ਵੱਲੋਂ ਜਾਰੀ ਇੱਕ ਬਿਆਨ ਦੇ ਵਿੱਚ ਕਿਹਾ ਗਿਆ ਕਿ ਨਾ ਰਿਟਰਨਾਂ ਦਾਖਲ ਕਰਨ ਦੀ ਤਾਰੀਖ ਦੇ ਵਿੱਚ ਵਾਧਾ ਭਾਰਤੀ ਚੋਣ ਕਮਿਸ਼ਨ ਦੀ ਪ੍ਰਵਾਨਗੀ ਮਿਲਣ ਤੋਂ ਬਾਅਦ ਕੀਤਾ ਗਿਆ ਹੈ ਮੰਤਰਾਲਾ ਨੇ ਕਿਹਾ ਕਿ ਟੈਕਸ ਦਾਤਾਵਾਂ ਵੱਲੋਂ ਪ੍ਰਗਟਾਈਆਂ ਗਈਆਂ ਮੁਸ਼ਕਲਾਂ ਦੇ ਮੱਦੇਨਜ਼ਰ ਰਿਟਰਨਾਂ ਦਾਖਲ ਕਰਨ ਦੀ ਤਰੀਕ ਦੇ ਵਿੱਚ ਵਾਧਾ ਕੀਤਾ ਗਿਆ ਹੈ ਅਤੇ ਇਸ ਤੋਂ ਪਹਿਲਾਂ ਸਰਕਾਰ ਨੇ ਸਾਲਾਨਾ ਰਿਟਰਨਾਂ ਦਾਖਲ ਕਰਨ ਦੀ ਨਿਰਧਾਰਤ ਤਾਰੀਖ 31 ਦਸੰਬਰ 2020 ਨੂੰ 28 ਫਰਵਰੀ 2021 ਤੱਕ ਵਧਾਇਆ ਸੀ ਸ਼ਹੀਦ ਨਾਇਬ ਜ਼ੂਬੇਦਾਰ ਪਰਵਿੰਦਰ ਸਿੰਘ ਦਾ ਕੱਲ ਜਗਰਾਉਂ ਵਿਖੇ ਪੂਰੇ ਸੈਨਿਕ ਸਨਮਾਨ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੇ ਸੰਸਕਾਰ ਮੌਕੇ ਜਗਰਾਉਂ ਦੇ ਐਸ.ਡੀ.ਐਮ. ਸਮੀਤ ਕਈ ਸਰਕਾਰੀ ਅਧਿਕਾਰੀਆਂ ਅਤੇ ਸਿਆਸੀ ਆਗੂਆਂ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਾਇਬ ਜ਼ੂਬੇਦਾਰ ਪਰਵਿੰਦਰ ਸਿੰਘ ਦੇ ਪਰਿਵਾਰ ਨੂੰ 50 ਲੱਖ ਰੁਪਏ ਦੀ ਆਰਥਿਕ ਸਹਾਇਤਾ ਅਤੇ ਇੱਕ ਪਰਿਵਾਰ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ। ਪਰਵਿੰਦਰ ਸਿੰਘ ਕੰਟਰੋਲ ਰੇਖਾ ਦੇ ਨਾਲ ਲੱਗਦੇ ਬਾਲਟਿਕ ਸੈਕਟਰ ਦੇ ਵਿੱਚ ਸ਼ਹੀਦ ਹੋ ਗਏ ਸਨ ਅਤੇ ਸੈਨਾ ਦੀ ਇੱਕ ਟੁਕੜੀ ਕੱਲ ਸ਼ਾਮ ਨੂੰ ਉਨ੍ਹਾਂ ਦੀ ਮ੍ਰਿਤਕ ਦੇ ਲੈ ਕੇ ਜਗਰਾਉ ਪਹੁੰਚੀ ਸੀ ਜਿੱਥੇ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ ਸ਼ਹੀਦ ਪਰਵਿੰਦਰ ਸਿੰਘ ਆਪਣੇ ਪਿਛੇ ਪਿਤਾ ਧਰਮਪਤਨੀ ਅਤੇ 11 ਤੇ 13 ਸਾਲ ਦੀ ਉਮਰ ਦੇ ਦੋ ਪੁੱਤਰਾਂ ਨੂੰ ਛੱਡ ਗਏ ਨੇ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਦਿਨਕਰ ਗੁਪਤਾ ਨੇ ਕਿਹਾ ਕਿ ਸੂਬਾ ਪੁਲਿਸ ਵੱਲੋਂ ਸੂਬੇ ਦੇ ਵਿੱਚ ਸ਼ੁਰੂ ਕੀਤੀ ਗਈ ਨਸ਼ਾ ਵਿਰੁੱਧ ਲੜਾਈ ਦੌਰਾਨ ਪਿਛਲੇ 3 ਦਿਨਾਂ ਦੇ ਵਿੱਚ ਐਨਡੀਪੀਐਸ ਐਕਟ ਅਧੀਨ 283 ਮਾਮਲੇ ਦਰਜ ਕੀਤੇ ਅਤੇ 392 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਚੰਡੀਗੜ੍ਹ ਦੇ ਵਿੱਚ ਜਾਣਕਾਰੀ ਦਿੰਦਿਆਂ ਗੁਪਤਾ ਨੇ ਦੱਸਿਆ ਕਿ ਬੀਤੇ ਮਹੀਨੇ 25 ਫਰਵਰੀ ਤੋਂ ਸ਼ੁਰੂ ਹੋਈ ਨਸ਼ਾ ਵਿਰੁੱਧ ਮੁਹਿੰਮ ਦੌਰਾਨ ਪੁਲਿਸ ਨੇ ਵੱਡੀ ਮਾਤਰਾ ਦੇ ਵਿੱਚ ਹੈਰੋਇਨ ਅਤੇ ਹੋਰ ਨਸ਼ੇ ਬਰਾਮਦ ਕੀਤੇ ਅਤੇ ਇਸ ਦੌਰਾਨ ਐਨਡੀਪੀਐਸ ਮਾਮਲੇ ਦੇ ਵਿੱਚ ਪਗੋੜੇ ਕਰਾਰ ਦਿੱਤੇ ਗਏ 15 ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕਾਰ ਕੀਤਾ ਗਿਆ। ਉਹਨਾਂ ਦੱਸਿਆ ਕਿ ਪੰਜਾਬ ਪੁਲਿਸ ਨੇ 2020 ਦੇ ਸਾਲ ਦੌਰਾਨ 3500 ਕਰੋੜ ਰੁਪਏ ਮੁੱਲ ਦੀ 700 ਕਿਲੋ ਹਿਰੋਇਨ ਬ੍ਰਾਹਮਣ ਕਰਨ ਦਾ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ ਅਤੇ 10000 ਤੋਂ ਵੱਧ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ 101 ਕਰੋੜ ਰੁਪਏ ਤੋਂ ਵੱਧ ਦੀ ਸੰਪਤੀ ਜ਼ਬਤ ਕੀਤੀ ਹੈ। ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਕੀਤੀ ਗਈ ਨਸ਼ਾ ਵਿਰੁੱਧ ਕਾਰਵਾਈ ਦੇ ਨਾਲ ਨਾ ਸਿਰਫ ਨਸ਼ਾ ਦੀ ਸਪਲਾਈ ਚੇਨ ਤੋੜਨ ਦੇ ਵਿੱਚ ਮਦਦ ਮਿਲੀ ਹੈ ਬਲਕਿ ਨਸ਼ਿਆਂ ਦੇ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਵੀ ਕਮੀ ਆਈ ਹੈ। ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਟ ਨੇ ਯੂਕਰੇਨ ਦੇ ਕਾਇਫ ਦੇ ਵਿੱਚ 14ਵੀਂ ਆਊਟ ਸਟੈਂਡਿੰਗ ਯੂਕਰੇਨ ਰੈਸਲਰਜ਼ ਅਤੇ ਕੋਚ ਮੈਮੋਰੀਅਲ ਦੀ ਤਰਵਿੰਚਵੀ ਕਿਲੋ ਭਾਰ ਵਰਗ ਦੇ ਵਿੱਚ ਸੋਨ ਤਮਗਾ ਜਿੱਤ ਲਿਆ ਏ ਵਿਨੇਸ਼ ਫੋਗਟ ਨੇ ਸੋਨ ਤਮਗਾ ਜਿੱਤੰਦਲੀ ਫਾਈਨਲ ਦੇ ਵਿੱਚ ਬੈਲਾਰੂਸ ਦੀ 7ਵੇਂ ਦਰਜੇ ਦੀ ਪਹਿਲਵਾਨ ਬਨੇਸਾ ਕਲਾਡ ਜਿੰਸ ਕਾਇਆ ਨੂੰ ਹਰਾਇਆ ਏਸ਼ੀਆਈ ਖੇਡਾਂ ਦੇ ਵਿੱਚ ਰਾਸ਼ਟ੍ਰ ਮੰਡਲ ਖੇਡਾਂ ਦੀ ਸੋਂਤਮ ਕਾ ਜੇਤੂ ਫੋਗਟ ਨੇ ਫਾਈਨਲ ਦੇ ਵਿੱਚ ਪਹੁੰਚਣ ਦੇ ਲਈ ਰੋਮਾਨੀਆ ਦੀ ਐਨਾਏ ਨੂੰ ਸੈਮੀਫਾਈਨਲ ਦੇ ਵਿੱਚ ਹਰਾਇ ਸੀ ਵਿਨੇਸ਼ ਤਰਵਿੰਜਾ ਕਿਲੋਪਾਰ ਵਰਗ ਦੇ ਵਿੱਚ ਟੋਕੀਓ 올림픽ਸ ਦੇ ਲਈ ਪਹਿਲਾ ਹੀ ਆਪਣੀ ਜਗ੍ਹਾ ਬਣਾ ਚੁੱਕੀ ਹੈ ਪਿਛਲੇ ਸਾਲ ਕੋਰੋਨਾ ਕਾਰਨ ਸਾਰੇ ਹੀ ਮੁਕਾਬਲੇ ਰੋਕ ਦਿੱਤੇ ਗਏ ਸਨ ਅਤੇ ਵਿਨੇਸ਼ ਇਹ ਪਹਿਲਾ ਮੁਕਾਬਲਾ ਜਿੱਤ ਕੇ ਭਾਰਤ ਦੀ ਪਹਿਲੀ ਮਹਿਲਾ ਪਹਿਲਵਾਨ ਬਣ ਗਈ ਹੈ ਜਿਸ ਨੇ ਟੋਕੀਓ 올림픽 ਖੇਡਾਂ ਦੇ ਲਈ ਕੁਆਲੀਫਾਈ ਕੀਤਾ ਹੈ 26 ਵਰਿਆਦੀ ਫੋਗਟਰ ਰੋਮ ਵਿੱਚ ਹੋਣ ਵਾਲੇ 4 ਤੋਂ 7 ਮਾਰਚ ਤੱਕ ਮੁਕਾਬਲੇ ਦੇ ਵਿੱਚ ਆਪਣੀ ਪ੍ਰਤਿਭਾ ਦਿਖਾਉਂਦੀ ਨਜ਼ਰ ਆਵੇਗੀ। ਭਾਰਤੀ ਹਾਕੀ ਟੀਮ ਨੇ ਕੱਲ੍ਹ ਆਪਣੇ ਯੂਰਪੀ ਦੌਰੇ ਦੀ ਪਹਿਲੀ ਖੇਡ ਦੇ ਵਿੱਚ ਤਮਾਕੇदार ਸ਼ੁਰੂਆਤ ਕੀਤੀ ਹੈ। ਪਾਰਾ ਦੇ ਯੂਰਪੀ ਦੌਰੇ ਦੇ ਪਹਿਲੇ ਮੈਚ ਦੇ ਵਿੱਚ ਜਰਮਨੀ ਨੂੰ ਇੱਕ ਦੇ ਮੁਕਾਬਲੇ 6 ਗੋਲਾਂ ਨਾਲ ਹਰਾਇਆ। ਭਾਰਤ ਵੱਲੋਂ ਵਿਵੇਕ ਸਾਗਰ ਪ੍ਰਸਾਦ ਨੇ ਦੋ ਗੋਲ ਕੀਤੇ ਜਦਕਿ ਨੀਲਕੰਤ ਪ੍ਰਸਾਦ ਲਾਲਿਤ ਕੁਮਾਰ ਅਰਸ਼ਦੀਪ ਸਿੰਘ ਅਤੇ ਹਰਮਨਪ੍ਰੀਤ ਸਿੰਘ ਨੇ ਇੱਕ ਇੱਕ ਗੋਲ ਕੀਤਾ ਜਰਮਨੀ ਵੱਲੋਂ ਇੱਕੋ ਇੱਕ ਗੋਲ ਕਾਂਸ ਟੈਂਟਿੰਗ ਸਟੇਬ ਨਹੀਂ ਕੀਤਾ ਦੋਹਾਂ ਟੀਮਾਂ ਵਿਚਾਲੇ ਅਗਲਾ ਮੈਚ ਪਲਕੇ ਖੇਡਿਆ ਜਾਵੇਗਾ ਭਾਰਤ ਨੇ ਤਕਰੀਬਨ ਇੱਕ ਸਾਲ ਬਾਅਦ ਚਾਰ ਵਾਰ ਦੇ 올림픽 ਚੈਂਪੀਅਨ ਜਰਮਨੀ ਨੂੰ 6 ਦੇ ਨਾਲ ਹਰਾ ਕੇ ਹਾਕੀ ਦੇ ਵਿੱਚ ਆਪਣਾ ਅੰਤਰਰਾਸ਼ਟਰੀ ਸਫਰ ਜਿੱਤ ਦੇ ਨਾਲ ਸ਼ੁਰੂ ਕੀਤਾ ਹੈ ਜਰਮਨੀ ਨੂੰ ਦੂਜੇ ਕੁਆਟਰ ਦੇ ਵਿੱਚ ਦੋ ਪੈਨਲਟੀ ਕਾਰਨਰ ਮਿਲੇ ਸਨ ਪਰ ਉਹ ਇਹਨਾਂ ਦਾ ਫਾਇਦਾ ਉਠਾਉਣ ਦੇ ਵਿੱਚ ناکਾਮ ਰਿਹਾ ਜਰਮਨੀ ਵਿਰੁੱਧ ਕੱਲ ਦਾ ਮੈਚ ਖੇਡਣ ਤੋਂ ਬਾਅਦ ਭਾਰਤੀ ਟੀਮ ਬੈਲਜੀਅਮ ਦੇ ਲਈ ਰਵਾਨਾ ਹੋ ਜਾਵੇਗੀ ਜਿੱਥੇ ਉਹ ਆਪਣਾ ਦੌਰਾ ਖਤਮ ਕਰਨ ਤੋਂ ਪਹਿਲਾਂ 6 ਅਤੇ 8 ਮਾਰਚ ਨੂੰ ਇੰਗਲੈਂਡ ਵਿਰੁੱਧ ਮੈਚ ਖੇਡੇਗੀ ਇਸ ਦਿਨਾਂ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ ਨਮਸਕਾਰ